ਸੇਲ ਬਦਰ ਉਹਦੀ ਮੈਂ ਅੰਮੀ ਬੋਲਦੀ ਪਈ ਗਿਆ ਸੀ, ਉਹ ਮੇਰੇ ਨਾਲ ਗੱਲ ਕਰੇ, ਮੈਂ ਇੱਥੇ ਬੋਟਲ ਵਿੱਚ ਬੈਠੀ ਹੋ ਗਿਆ ਸੀ ਜੀ। ਅਸਲਾਮ ਵਾਲੇਕੁਮ ਯਾਰ, ਸਭ ਦੋਸਤ ਮੇਰੀ ਇਹ ਪੋਸਟ ਗੌਰ ਸੇ ਸੁਣ ਲੇ, ਧਿਆਨ ਸੇ ਯੇ ਬਾਤ ਸੁਣੇ ਮੇਰੀ। ਇਹ ਇੱਕ ਆਂਟੀ ਹੈ ਹਮਾਰੇ ਪਾਕਿਸਤਾਨ ਕੀ ਹੈ, ਯਹਾਂ ਪਰ ਉਮਰਾ ਸ਼ਰੀਫ ਕਰਨੇ ਆਈ ਥੀ, ਉਮਰਾ ਸ਼ਰੀਫ ਕਰਨੇ ਪੇ ਆਈ ਥੀ ਯੇ, ਤੋ ਇਨਕੇ ਸਾਥ ਥੋੜ੍ਹੀ ਸੀ ਟ੍ਰੈਜਡੀ ਹੋ ਗਈ, ਇਨਕਾ ਸਮਾਨ ਨਾ ਹੋਟਲ ਸੇ ਗੁੰਮ ਹੋ ਗਿਆ, ਜਿਸ ਮੇਂ ਇਨਕਾ ਸਾਰਾ ਕੁਛ ਕਾਗਜ਼ਾਤ ਥੇ, ਔਰ ਇਨਕੇ ਬੇਟੇ ਕਾ ਨਾਮ ਹੈ ਸੁਹੇਲ ਬਦਰ, ਸ਼ੇਖ ਸੁਹੇਲ ਬਦਰ, ਯੇ ਪੀ ਐੱਫ ਮੇਂ ਹੋਤਾ ਹੈ ਕਰਾਚੀ ਮੇਂ, ਪੀ ਐੱਫ ਕੋਈ ਯੂਨੀਵਰਸਿਟੀ ਹੈ ਵਹਾਂ ਮੇਂ ਹੋਤਾ ਹੈ, ਇਸਕਾ ਨਾਮ ਸੁਹੇਲ ਬਦਰ ਹੈ, ਸ਼ੇਖ ਸੁਹੇਲ ਬਦਰ, ਔਰ ਇਸ ਪੋਸਟ ਕੋ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰ ਦੇ, ਤਾਂ ਕਿ ਇਨਕਾ ਬੇਟਾ ਆਪਣੀ ਅੰਮੀ ਕਾ ਪਤਾ ਕਰ ਲੇ, ਵੋ ਇੱਧਰ ਸਾਊਦੀਆ ਮੇਂ ਹੋਟਲ ਲਾਈਨ ਪ੍ਰਾਈਮ ਹੋਟਲ ਹੈ, ਸ਼ਾਰਾ ਹਿਜਰਾ ਕੇ ਸ਼ਾਰਾ ਹਿਜਰਾ ਰੋਡ ਪੇ ਇਨਕਾ ਹੋਟਲ ਹੈ ਲਾਈਨ ਪ੍ਰਾਈਮ, ਵਹਾਂ ਪਰ ਯੇ ਬੈਠੀ ਹੈ ਔਰ ਆਪਣੇ ਬੇਟੇ ਕਾ ਵੇਟ ਕਰ ਰਹੀ ਹੈ, ਇੰਤਜ਼ਾਰ ਕਰ ਰਹੀ ਹੈ। ਕਾਇੰਡਲੀ ਰਿਕੁਐਸਟ ਹੋ ਗਈ, ਯੇ ਤੀਨ ਦਿਨ ਸੇ ਅੰਮਾ ਜੀ ਇਸੀ ਹੋਟਲ ਮੇਂ ਤੀਨ ਦਿਨ ਸੇ ਹੈ, ਤੋ ਬਹੁਤ ਬਹੁਤ ਇੱਕ ਸਵਾਬ ਵੀ ਹੈ ਯੇ, ਸਭ ਦੋਸਤ ਮੇਰੇ ਯੇ ਸੁਣਕਰ ਔਰ ਇਸੇ ਜ਼ਿਆਦਾ ਸੇ ਜ਼ਿਆਦਾ ਸ਼ੇਅਰ ਕਰੇ, ਤਾਂ ਕਿ ਇਨਕੇ ਬੇਟੇ ਤੱਕ, ਇਨਕਾ ਨਾਮ ਸਰੀਆ ਬੀਬੀ ਹੈ, ਜੋ ਮਾਮਾ ਹੈ ਨਾ ਬੈਠੀ ਹੋਈ ਸਾਹਮਣੇ ਅੰਮਾ ਜੀ, ਇਨਕਾ ਨਾਮ ਸੁਰੱਈਆ ਬੀਬੀ ਹੈ, ਔਰ ਪਲੀਜ਼ ਯਾਰ ਯੇ ਸਵਾਬ ਵੀ ਹੈ, ਸਾਰੇ ਦੋਸਤ ਮੇਰੇ ਸ਼ੇਅਰ ਕਰੇ ਇਸ ਪੋਸਟ ਕੋ, ਤਾਂ ਕਿ ਇਨਕੇ ਬੇਟੇ ਤੱਕ ਯੇ ਪੋਸਟ ਪਹੁੰਚ ਜਾਏ ਔਰ ਇਨਕਾ ਸਮਾਨ ਜਲਦ ਸੇ ਜਲਦ ਮਿਲ ਜਾਏ। ਇਨਕਾ ਬੇਟਾ ਆਜ 11 ਤਰੀਕ ਕੋ ਪਾਕਿਸਤਾਨ ਮੇਂ ਆਨਾ, ਪਾਕਿਸਤਾਨ ਸੇ ਇੱਧਰ ਆਉਣਾ ਥਾ ਸਾਊਦੀਆ ਮੇਂ, ਔਰ 11 ਤਰੀਕ ਵੋ ਆ ਤੋ ਗਿਆ ਹੋਗਾ, ਲੇਕਿਨ ਪਤਾ ਨਹੀਂ ਉਸਕੋ, ਯੇ ਤੋ ਨਹੀਂ ਪਤਾ ਕਿ ਉਸਕੀ ਅੰਮੀ ਕਿਸ ਹੋਟਲ ਮੇਂ ਹੈ, ਯਹਾਂ ਪਰ ਕਾਫੀ ਸਾਰੇ ਹੋਟਲ ਹੈ, ਪਲੀਜ਼ ਯੇ ਰਿਕੁਐਸਟ ਹੈ ਮੇਰੇ ਭਾਈ, ਸਾਰੇ ਸੁਣ ਰਹੇ ਹੈ ਕਰਾਚੀ ਮੇਂ ਜ਼ਿਆਦਾ ਸੇ ਜ਼ਿਆਦਾ ਜਿਤਨੇ ਵੀ ਲੋਕ ਹੈ ਵੋ ਇਸ ਪੋਸਟ ਕੋ ਸ਼ੇਅਰ ਕਰੇ। ਪੀ ਐੱਫ ਯੂਨੀਵਰਸਿਟੀ ਹੈ ਵਹਾਂ ਪਰ ਇਨਕਾ ਬੇਟਾ ਪੜ੍ਹਤਾ ਹੈ, ਉਸਕਾ ਨਾਮ ਸ਼ੇਖ ਸੁਹੇਲ ਬਦਰ ਹੈ, ਅੰਮਾ ਜੀ ਕਾ ਨਾਮ, ਵੋ ਨੌਕਰੀ ਵੀ ਕਰਤਾ ਹੈ ਪੀ ਐੱਫ ਕੀ, ਔਰ ਅੰਮਾ ਜੀ ਕਾ ਨਾਮ ਹੈ ਬੀਬੀ ਸੁਰੱਈਆ ਬੀਬੀ, ਸੁਰੱਈਆ ਬੀਬੀ, ਪਲੀਜ਼ ਯਾਰ ਸਾਰੇ ਯੇ ਸ਼ੇਅਰ ਕਰਦੇ ਪੋਸਟ।